ਬਚਿੰਤਕੌਰ ਦੀ ਕਹਾਣੀ ਮੋਤੀਆ ਬਿੰਦ ਨਾਲ ਤਾਂ ਲੱਗ ਜਾ ਹੁਣ ਮੇਰੀ ਜਾਂ ਮਿਸਟਰ ਖੁੱਲਰ ਨੇ ਸਕੂਟਰ ਨੂੰ ਇੱਕ ਵਾਰੀ ਬ੍ਰੇਕ ਲਗਾ ਕੇ ਪਿੱਛੇ ਬੈਠੀ ਚੰਚਲ ਦੀਆਂ ਪਰਮੀਆਂ ਗੁਲਾਈਆਂ ਨਾਲ ਆਪਣੀ ਝੁਕੇ ਜੇ ਪਿੱਠ ਲਾਉਂਦੇ ਆਂ ਕਿਆ ਪਰ ਚੰਚਲ ਜਿਉਂ ਦੀ ਤਿਉਂ ਖੁੱਲਰ ਦੇ ਪਿੱਛੇ ਸਕੂਟਰ ਤੇ ਬੈਠੀ ਸੋਚਦੀ ਰਹੀ ਅਖਰੂ ਕਿਉਂ ਨਾ ਚਾਹੁੰਦੇ ਹਾਂ ਵੀ ਉਸ ਨਾਲ ਆਉਂਦੀ ਜਾਂਦੀ ਹੈ ਕਈ ਵਾਰ ਮਾਡਲਿੰਗ ਦੀ ਸ਼ੂਟਿੰਗ ਖਤਮ ਹੋਣ ਪਿੱਛੋਂ ਜਦੋਂ ਮਿਸਟਰ ਖੁੱਲਰ ਮੱਲੂ ਮੱਲੀ ਆਪਣਾ ਸਕੂਟਰ ਸਾਥੀ ਲੜਕੇ ਲੜਕੀਾਂ ਦੇ ਸਾਹਮਣੇ ਚੰਚਲ ਦੇ ਐਨ ਕੋਲ ਲਿਆ ਕੇ ਰੋਕਦਾ ਤਾਂ ਚੰਚਲ ਦੇ ਮੱਥੇ ਤੇ ਜਿਵੇਂ ਸੱਤ ਵੜ ਪੈ ਜਾਂਦੇ ਫਿਰ ਕਿੰਨੀਆਂ ਹੀ ਤਿਰਛੀਆਂ ਨਜ਼ਰਾਂ ਇੱਕੋ ਵਾਰੀ ਚੰਚਲ ਨੂੰ ਘੂਰਨ ਲੱਗਦੀਆਂ ਬੜੀ ਮੁਸ਼ਕਲ ਨਾਲ ਉਹ ਸਾਰਿਆਂ ਤੋਂ ਨਜ਼ਰ ਬਚਾ ਕੇ ਛੇਤੀ ਨਾਲ ਉਹਦੇ ਸਕੂਟਰ ਦੇ ਪਿੱਛੇ ਜਾ ਬੈਠਦੀ ਕਈ ਵਾਰ ਮਾਡਲਿੰਗ ਪਿੱਛੋਂ ਉਦੇ ਸਾਥੀਆਂ ਚ ਕੋਈ ਸਮਾਰਟ ਸੋਹਣੇ ਸੁਨਖੇ ਲੜਕੇ ਚੰਚਲ ਨੂੰ ਲਿਫਟ ਦੇਣ ਲਈ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਦੇ। ਪਲ ਪਰ ਲਈ ਚੰਚਲ ਦਾ ਧਿਆਨ ਉਹਨਾਂ ਵੱਲ ਮੁੜਦਾ ਪਰ ਫੇਰ ਦੋਵੇਂ ਤੇ ਰਾਮਾ ਯੂਸਟੀਆਂ ਹੋ ਕੇ ਆਪਣੇ ਆਪਣੇ ਰਾਹ ਤੁਰ ਜਾਂਦੀਆਂ। ਜਿਸ ਦਿਨ ਐਸਾ ਹੁੰਦਾ ਸੀ ਚੰਚਲ ਦੇਰ ਤੱਕ ਇੱਕ ਕਬਰਾਟ ਤੇ ਡਰ ਜਾਈ ਚੱਕਰੀ ਰਹਿੰਦੀ। ਉਹਦੇ ਦਿਮਾਗ 'ਚ ਟੈਨਸ਼ਨ ਹੋਰ ਵੱਜ ਜਾਂਦੇ ਤੇ ਫੇਰ ਕਈ ਵਾਰ ਤੋਂ ਸਾਰੀ ਰਾਤ ਜਾਗਦੀਆਂ ਲਗਾਉਂਦੀ ਸੀ। ਅੱਜ ਦੀ ਰਾਤ ਵੀ ਐਸੀ ਵਿੱਚ ਐਨੀ ਚਲੰਗੇਗੀ ਉਹ ਜਾਣਦੀ ਸੀ ਮਿਸਟਰ ਖੁੱਲਰ ਭਾਵੇਂ ਉਹਨੂੰ ਫੁੱਟੇ ਅੱਖ ਨਹੀਂ ਸੀ ਪਾਉਂਦਾ ਪਰ ਇੱਕ ਖਿਆਲ ਹਰ ਵਾਰੀ ਚੰਚਲ ਦੇ ਜ਼ੈੰਦ ਘੁੰਮਦਾ ਹੋਇਆ ਮਿਸਟਰ ਖੁੱਲਰ ਵਿਰੁੱਧ ਫੈਲੀ ਹੋਈ ਸਾਰੀ ਨਫ਼ਰਤ ਉੱਤੇ ਇੱਕ ਸੁਨਹਿਰਾ ਪੰਨਾ ਚਾੜ ਜਾਂਦਾ ਮਿਸਟਰ ਖੁੱਲਰ ਦਾ ਯਾਰ ਪ੍ਰੋਡਿਊਸਰ ਡਾਇਰੈਕਟਰ ਮਿਸਟਰ ਚਮਨ ਅੰਜੂ ਮਨ ਸ਼ਕੀਲਾ ਰਜ਼ੀਆ ਗੋਪੀਆਦ ਕਿੰਨੀਆਂ ਮਸ਼ਹੂਰ ਫਿਲਮੀ ਹਸਤੀਆਂ ਉਹਦੇ ਦਿਲ 'ਚ ਇੱਕ ਤੂਫਾਨ ਜੈ ਲਿਆ ਖੜਾ ਕਰ ਦਿੰਦੀਆਂ ਇਨਾਂ ਸਭ ਵਿੱਚੋਂ ਅੰਜੂਮਨ ਜੋ ਪਹਿਲਾਂ ਕਦੇ ਚੰਚਲ ਦੇ ਨਾਲ ਹੀ ਇੱਕ ਮਾਡਲ ਗਰਲ ਸੀ ਉਹਦੇ ਮਨ 'ਚ ਖਾਸ ਕਰ ਆ ਕੇ ਅੜ ਜਾਂਦੀ ਰੰਗ ਦੀ ਭਾਵੇਂ ਸ਼ਾਮਲੀ ਸੀ ਪਰ ਉਹ ਪਹਿਲੀ ਨਜ਼ਰ ਹੀ ਚਮਨ ਸਾਹਬ ਨੂੰ ਐਸੀ ਜੱਟੀ ਸੀ ਕਿ ਉਹਨੇ ਆਪਣੀ ਮਸ਼ਹੂਰ ਫਿਲਮ ਗਜ਼ਬ ਚੋਂ ਇੱਕ ਕੈਰੈਕਟਰ ਰੋਲ ਦੇ ਦਿੱਤਾ ਸੀ ਫਿਰ ਇੱਕ ਦਿਨ ਫਿਰ ਦਿਨ ਪਰ ਦਿਨ ਉਹਦਾ ਸਿਤਾਰਾ ਚਮਕਦਾ ਹੀ ਗਿਆ ਤੇ ਅੰਜੂਮਨ ਦੀ ਇਹ ਸਫਲਤਾ 'ਚ ਮਿਸਟਰ ਖੁੱਲਰ ਦਾ ਖਾਸ ਹੱਥ ਰਿਹਾ ਸੀ ਉਹ ਇਹ ਨੂੰ ਆਪਣੇ ਅਪਰੋਚ ਨਾਲ ਚਮਨ ਸਾਹਿਬ ਕੋਲ ਲੈ ਕੇ ਗਿਆ ਸੀ ਉਸੇ ਦੀ ਸਿਫਾਰਿਸ਼ ਉੱਤੇ ਮਿਸਟਰ ਚਮਨ ਨੇ ਅੰਜੂਮਨ ਨੂੰ ਪਹਿਲੀ ਵਾਰ ਸਾਈਨ ਕੀਤਾ ਸੀ ਚੰਚਲ ਦਾ ਕੰਪਲੈਕਸ਼ਨ ਵੀ ਭਾਵੇਂ ਬਹੁਤ ਆਫੇਅਰ ਨਹੀਂ ਸੀ ਪਰ ਉਹਦੀ ਫਿਗਰ ਅੰਜੂਮਨ ਨਾਲੋਂ ਕਿਤੇ ਜ਼ਿਆਦਾ ਹੌਲ ਤੇ ਸੁੰਦਰ ਸੀ ਖਾਸ ਕਰਕੇ ਉਹਨੂੰ ਆਪਣੀਆਂ ਗੁਲਾਈਆਂ ਤੇ ਬਹੁਤ ਮਾਣ ਸੀ ਮਾਣ ਹੋਵੇ ਵੀ ਕਿਉਂ ਨਾ ਹਰ ਰੋਜ਼ ਹੀ ਤਾਂ ਮਸ਼ਹੂਰ ਬਰੇਜ਼ੀਅਰ ਮੈਨੂਫੈਕਚਰਿੰਗ ਕੰਪਨੀਆਂ ਵੱਲੋਂ ਉਹਨੂੰ ਚਿੱਠੀਆਂ ਤੇ ਚਿੱਠੀਆਂ ਆਉਂਦੀਆਂ ਰਹਿੰਦੀਆਂ ਪਹਿਲਾਂ ਪੈਲ ਜਦੋਂ ਮਿਸਟਰ ਖੁੱਲਰ ਦੀ ਵਾਕਫੀਅਤ ਨਾਲ ਸਨ ਰਾਈਜ਼ ਬ੍ਰੇਜ਼ੀਅਰ ਕੰਪਨੀ ਦੇ ਮਸ਼ਹੂਰ ਪੈਟਰਨ ਗਲੈਮਰ ਲਈ ਮਾਡਲਿੰਗ ਕਰਨ ਗਈ ਤਾਂ ਬ੍ਰੇਜ਼ੀਅਰ ਪੈਨ ਕੇ ਕੈਮਰੇ ਦੇ ਸਾਹਮਣੇ ਹੋਣਾ ਉਹਨੂੰ ਬਹੁਤ ਔਖਾ ਕੰਮ ਲੱਗਿਆ ਸੀ ਇਸ ਤੋਂ ਪਹਿਲਾਂ ਉਹਨੇ ਸਿਰਫ ਕੁਝ ਦਵਾਈਆਂ ਤੇ ਕੋਸਮੈਟਿਕ ਦੀਆਂ ਕੁਝ ਚੀਜ਼ਾਂ ਲਈ ਮਾਡਲਿੰਗ ਕੀਤੀ ਸੀ ਜਿੱਦੀ ਫੀਸ ਸੋਨੂੰ 2-300 ਰੁਪਏ ਤੋਂ ਵੱਧ ਕਦੇ ਵੀ ਨਹੀਂ ਸੀ ਮਿਲੀ ਪਰ ਅੱਜ ਸਿਰਫ 2 ਮਿੰਟ ਗਲੈਮਰ ਨੂੰ ਪਹਿਨ ਕੇ 20 ਸਕਿੰਟਾਂ ਦੇ ਇੱਕ ਸ਼ਾਰਟ ਲਈ ਉਹਨੂੰ ਹੱਥੋਂ-ਹੱਥੇ 2000 ਰੁਪਏ ਦਾ ਇੱਕ ਚੈੱਕ ਮਿਲ ਗਿਆ ਸੀ। ਅਗਲੀ ਵਾਰ ਫਿਰ ਉਹਨੇ ਇਸੇ ਕੰਪਨੀ ਲਈ ਅੰਡਰਵੇਅਰ ਪਹਿਨ ਕੇ ਫੋਟੋ ਖਿੱਚਵਾਈ ਜੋ ਲੇਡੀਜ਼ ਨੂੰ ਹਰ ਮਹੀਨੇ ਆਈ ਮੁਸੀਬਤ ਤੋਂ ਬਚਾ ਸੁੱਖ ਦਾ ਸਾਧਨ ਬਣਦਾ ਸੀ। ਫਿਰ ਕੁਝ ਹੀ ਦਿਨਾਂ 'ਚ ਉਹਨੇ ਹੋਟਲ ਵਿੱਚਲੇ ਆਪਣੇ ਛੋਟੇ ਜਿਹੇ ਕਮਰੇ ਦੀ ਹਰ ਪੁਰਾਣੀ ਚੀਜ਼ ਨੂੰ ਬਦਲ ਕੇ ਰੱਖ ਦਿੱਤਾ। ਬਾਕੀ ਚੀਜ਼ਾਂ ਦੀ ਵੀ ਝਾੜ-ਪੋੜ ਕਰਨ ਵਿੱਚੋਂ ਜਦੋਂ ਉਹਦੇ ਕਮਰੇ ਦੀ ਇੱਕ ਇੱਕ ਚੀਜ਼ ਚਮਕਣ ਲੱਗ ਪਈ ਤੇ ਅੱਜ ਉਹ ਆਪ ਵੀ ਸਿੰਗਲ ਪੀਸ ਨਾਈਲਨ ਦੀ ਨਾਈਟੀ ਰਾਤ ਦੀ ਰਾਣੀ ਲੱਗ ਰਹੀ ਸੀ ਮਾਡਲਿੰਗ ਤੋਂ ਮੁੜਦੇ ਆਜੋ ਨੇ ਲਿਪਸਟਿਕ ਦੇ ਵੀ ਤਿੰਨ ਕਲਰ ਨਵੇਂ ਖਰੀਦੇ ਸੀ ਮਾਡਲਿੰਗ ਕਰਨ ਸਮੇਂ ਕਈ ਕੰਪਨੀਆਂ ਭਾਵੇਂ ਡਰੈਸ ਤਾਂ ਆਪਣੇ ਕੋਲੋਂ ਵੀ ਦੇ ਦਿੰਦੀਆਂ ਪਰ ਕੋਸਮੈਟਿਕ ਚ ਉਹੀ ਚੀਜ਼ਾਂ ਦਿੰਦੀਆਂ ਜਿਹਦੀ ਐਡਵਰਟਾਈਜ਼ਮੈਂਟ ਉਹਨਾਂ ਨੇ ਕਰਨਾ ਹੋਵੇ ਮਾਡਲਿੰਗ ਤੇ ਚੰਚਲ ਦਾ ਨਾਮ ਹੁਣ ਸਭ ਕੁੜੀਆਂ ਤੋਂ ਉੱਤੇ ਸੀ ਇੱਕ ਦਿਨ ਹੁਣ ਉਹ ਤਿੰਨ ਤਿੰਨ ਚਾਰ ਚਾਰ ਕੰਪਨੀਆਂ ਲਈ ਕੰਮ ਕਰਦੀ ਸੀ ਐਸੇ ਕਰਕੇ ਹੁਣ ਇੱਕ ਇੱਕ ਹਫ਼ਤੇ 'ਚ ਕਈ ਕਈ ਚੈੱਕ ਜਮ੍ਹਾਂ ਕਰਾਉਣ ਲਈ ਬੈਂਕ ਜਾਂਦੀ ਇੱਥੋਂ ਤੱਕ ਕਿ ਹੁਣ ਉਹਦਾ ਬੈਂਕ ਵੀ ਇੱਕੋ ਨਹੀਂ ਸੀ ਰਿਹਾ ਉਹਦੀ ਜਾਣ ਪਛਾਣ ਦਾ ਘੇਰਾ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਸੀ ਵੱਡੀਆਂ ਵੱਡੀਆਂ ਕੰਪਨੀਆਂ ਵੱਲੋਂ ਉਹਨੂੰ ਟੈਲੀਫੋਨ ਆਉਂਦੇ ਰਹਿੰਦੇ ਮਾਡਲਿੰਗ ਲਈ ਵੀ ਹੁਣ ਉਹਨੂੰ ਦੂਰ ਦੂਰ ਸ਼ਹਿਰਾਂ 'ਚ ਚਿੱਠੀਆਂ ਪੱਤਰ ਆਉਂਦੇ ਸੀ ਕਿਉਂਕਿ ਹਰ ਸ਼ਹਿਰ ਦੀਆਂ ਮਾਡਲ ਗਰਲਸ ਵਿੱਚੋਂ ਚੰਚਲ ਦੀ ਫਿਗਰ ਕੁਦਰਤ ਵੱਲੋਂ ਐਸੀ ਬਣੀ ਸੀ ਜਿਸ ਉੱਤੇ ਹਰ ਚੀਜ਼ ਹਰ ਡਿਜ਼ਾਈਨ ਹਰ ਰੰਗ ਜੱਟ ਜਾਂਦਾ ਸੀ 36 28 ਤੇ 36 ਉਸ ਨਾਲ ਕੰਮ ਕਰਦੀਆਂ ਲੜਕੀਆਂ 'ਚੋਂ ਹੋਰ ਕਿਸੇ ਵੀ ਲੜਕੀ ਨੂੰ ਕੁਦਰਤ ਨੇ ਐਸਾ ਨਹੀਂ ਬਣਾਇਆ ਸੀ ਕਈ ਵਿਚਾਰੀਆਂ ਤਾਂ ਕਈ-ਕਈ ਮਹੀਨੇ ਲਗਾਤਾਰ ਯੋਗਾ ਅਸਨ ਕਰਕੇ ਵੀ ਦੇਖ ਚੁੱਕੀਆਂ ਸੀ ਪਿੱਛੇ ਸਕੂਟਰ ਉੱਤੇ ਬੈਠੀ ਸੋਚਾਂ ਸੋਚਦੀ ਚੰਚਲ ਨੇ ਇੱਕ ਵਾਰ ਆਪ ਹੀ ਆਪਣੀਆਂ ਅੰਗੁਲਾਈਆਂ ਵੱਲ ਨਜ਼ਰ ਭਰ ਕੇ ਤੱਕਿਆ ਅਚਾਨਕ ਇੱਕੀ ਝਟਕੇ ਨਾਲ ਉਹਦੇ ਸੁਪਨਿਆਂ ਦੀ ਲੜੀ ਟੁੱਟ ਗਈ ਜਦੋਂ ਫੇਰ ਪਹਿਲਾਂ ਵਾਲੀ ਹਰਕਤ ਕਰਦੇ ਹਾਂ ਆਪਣੀ ਕੁੱਬੀ ਜੀ ਪਿੱਠ ਨੂੰ ਪਿੱਛੇ ਚੰਚਲ ਵੱਲੋਂ ਸੰਘੋੜਦੇ ਹਾਂ ਮਿਸਟਰ ਖੁੱਲਰ ਨੇ ਸਕੂਟਰ ਨੂੰ ਹੌਲੀ ਸਪੀਡ ਕਰ ਦਿੱਤਾ ਸੀ ਇੱਕ ਵਾਰੀ ਤਾਂ ਚੰਚਲ ਦਾ ਜੀ ਕੀਤਾ ਵੀ ਉਹ ਕੱਸ ਕੇ ਦੋੜ ਜੜ ਦਵੇ ਉਹਦੇ ਪਿੱਛੇ ਹੀ ਪਿੱਛੇ ਵੱਧਦੇ ਆਉਂਦੇ ਕੁੱਬ ਉਤੇ ਪਰ ਉਹ ਐਸਾ ਨਹੀਂ ਸੀ ਕਰ ਸਕਦੀ ਹਾਂ ਉਹਨੇ ਮਾਨਿਮਨ ਫੈਸਲਾ ਕੀਤਾ ਕਿ ਮੁੜ ਕਦੇ ਵੀ ਉਹਦੇ ਸਕੂਟਰ ਤੇ ਨਹੀਂ ਬੈਠੇਗੀ ਮਿਸਟਰ ਖੁੱਲਰ ਵੀ ਦੀ ਇਸ ਭੈੜੀ ਹਰਕਤ ਕਾਰਨ ਹੋਰ ਵੀ ਸੁੰਗੜ ਕੇ ਰਹਿ ਗਈ ਮਾਨਿਮਨ ਉਸਤੇ ਕ੍ਰਿਜਣ ਲੱਗ ਪਈ ਉਹ ਬਾਸ਼ੌ ਕੁਝ ਬੋਲੋ ਤਾਂ ਸਹੀ ਕਿ ਸਾਰੇ ਰਸਤੇ ਨਾ ਬੋਲਣ ਦੀ ਕਸਮ ਖਾਦੀ ਹੋਈ ਹੈ ਪੂਰਾ 4 ਮੀਲ ਦਾ ਰਸਤਾ ਤੈਅ ਹੋ ਚੁੱਕਿਆ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਇੰਨੀ ਠੰਡੀ ਕਿਉਂ ਹੈ ਮੈਂ ਜਿੰਨਾ ਹੀ ਅੱਗੇ ਕਦਮ ਪੁੱਟਦਾ ਤੂੰ ਓਨੀ ਪਿੱਛਾ ਹੁੰਦੇ ਜਾਂਦੀ ਐ ਇਹ ਅਸੀਂ ਆਂ ਦਿਲਦਾਰ ਜੋ ਦਿਨ ਰਾਤ ਹਫ਼ਤੇ ਮਹੀਨੇ ਵੀ ਨਹੀਂ ਲੰਘਾਈ ਜਾ ਰਹੇ ਆ ਕੋਈ ਹੋਰ ਹੋਵੇ ਤਾਂ ਅਜੇ ਉਹਦੇ ਮੂੰਹ ਵਿੱਚ ਲਈ ਗੱਲ ਪੂਰੀ ਵੀ ਨਹੀਂ ਸੀ ਹੋਈ ਕੇ ਆਪਣੀਆਂ ਬ੍ਰੇਕਾਂ ਤੇ ਜ਼ੋਰ ਦਿੰਦੇ ਆ ਉਹਨੇ ਸੱਜਾ ਪੈਰੀ ਕੋ ਝਟਕੇ ਨਾਲ ਜ਼ਮੀਨ ਤੇ ਲਗਾਉਂਦੇ ਆ ਸਕੂਟਰ ਨੂੰ ਰੋਕਿਆ ਇਸ ਅਚਾਨਕ ਲੱਗੇ ਧੱਕੇ ਨਾਲ ਪਿੱਛੇ ਬੈਠੀ ਚੰਚਲ ਸਾਰੀ ਦੀ ਸਾਰੀ ਅੱਗੇ ਮਿਸਟਰ ਖੁੱਲਰ ਦੀ ਪਿੱਠ ਤੇ ਆ ਪਈ ਸੜਕ ਤੇ ਦੋਹੀ ਪਾਸੇ ਕੂੜਾ ਤੇ ਗੰਧ ਹੋਣ ਕਰਕੇ ਸੱਜੇ ਪਾਸਿਓਂ ਅੰਨੇ ਵਾਪ ਭੱਜੀ ਆਉਂਦੀ ਇੱਕ ਮੁੱਟੀ ਤਾਜੀ ਸੂਰਨੀ ਸਕੂਟਰ ਦੇ ਮੁਰੇ ਆ ਗਈ ਜਿਹਦੇ ਚੂਸੇ ਹੋਏ ਥਣਾ ਦਾ ਮਾਸ ਜ਼ਮੀਨ ਤੱਕ ਲਟਕਿਆ ਹੋਇਆ ਸੀ। ਉਹਦੇ ਪਿੱਛੇ-ਪਿੱਛੇ ਟਪੂਸੀਆ ਮਾਰਦੀ ਉਹਦੇ ਗੋਰੇ-ਗੋਰੇ ਬੱਚਿਆਂ ਦੀ ਲੰਮੀ ਜੀ ਪਲਟਣ ਨੇ ਸਾਰੀ ਸੜਕ ਨੂੰ ਪੂਰੀ ਤਰ੍ਹਾਂ ਰੋਕ ਲਿਆ ਸੀ। ਸ਼ੁਕਰ ਹੈ ਨਾ ਸੂਰ ਦੇ ਬੱਚਿਆਂ ਦਾ ਤੂੰ ਤਾਂ ਨਹੀਂ ਪਰ ਇਹਨਾਂ ਨੇ ਤਾਂ ਮੇਰੇ ਮਨ ਦੀ ਸੁਣੀ। ਕਈ ਕਈ ਦਿਨਾਂ ਪਿੱਛੋਂ ਤਾਂ ਇਹ ਇਕੱਠੇ ਮਿਲਣ ਦਾ ਮੌਕਾ ਮਿਲਦਾ ਹੈ ਤੇ ਤੂੰ ਪਰਹੀਂ-ਪਰਾ ਰਹਿਣੀ ਹੈ ਸਾਥੋਂ ਤੇਰੇ ਨਾਲ ਕੋਈ ਐਸੀ-वैसी ਹਰਕਤ ਕੀਤੀ ਹੈ ਮੈਂ ਫਿਰ ਤੂੰ ਐਵੇਂ ਠੰਡੇ ਦੁੱਧ ਨੂੰ ਫੂਕਾ ਮਾਰ-ਮਾਰ ਪੀਵੇਂ ਤਾਂ ਮੈਂ ਕੀ ਕਰਾਂ ਸਪੀਡ ਹੌਲੀ ਕਰ ਤੇ ਆਪਣੀ ਮੋਟੀ ਜੀ ਗਰਦਨ ਨੂੰ ਸੱਜੇ ਪਾਸੇ ਚੰਚਲ ਦੇ ਕੰਨਾਂ ਕੋਲ ਮੋੜ ਮਿਸਟਰ ਖੁੱਲਰ ਕਾਫੀ ਚਿਹਰਾ ਆਪਣੇ ਆਪ ਬੋਲਦਾ ਰਿਹਾ ਫਿਰ ਇੱਕ ਅਣਜਾਣੇ ਜੇ ਮੋੜ ਵੱਲ ਸਕੂਟਰ ਨੂੰ ਮੁੜਦਾ ਵੇਖ ਚੰਚਲ ਨੇ ਪੁੱਛਿਆ ਤੁਸੀਂ ਜਾ ਕਿੱਧਰ ਰਹੇ ਹੋ ਤੈਨੂੰ ਇੱਕ ਨਵੀਂ ਜਗ੍ਹਾ ਲਿਜਾ ਰਿਹਾ ਅੱਜ ਕਿੱਥੇ ਹੁਣ ਚੰਚਲ ਦੇ ਦਿਲ ਦੀ ਧੜਕਣ ਗੱਡੀ ਦੇ ਇੰਜਣ ਵਾਂਗ ਧੱਕ-ਧੱਕ ਵੱਜ ਰਹੀ ਸੀ ਮੈਂ ਕੁਝ ਸਮਝੀ ਨਹੀਂ ਚੰਚਲ ਦੇ ਬੋਲਾਂ ਚੋਂ ਖਬਰਾੜ ਦਾ ਅਹਿਸਾਸ ਸਾਫ਼ ਉੱਗ ਰਿਹਾ ਸੀ ਓਹ ਹੋ ਬਾਬਾ ਤੂੰ ਤਾਂ ਇਓਂ ਡਰ ਗਈ ਜਿਵੇਂ ਮੈਂ ਤੈਨੂੰ ਕਿਧਰੇ ਨਸਾ ਕੇ ਲੈ ਚੱਲਿਆ ਹਾਂ ਆਪਾਂ ਮਿਸਟਰ ਚਮਨ ਦੇ ਘਰ ਜਾ ਰਹੇ ਹਾਂ ਅੱਜ ਮੈਂ ਦਿਨ ਚ ਟੈਲੀਫੋਨ ਤੇ ਉਹਨਾਂ ਤੋਂ ਮਿਲਣ ਦਾ ਟਾਈਮ ਲਿਆ ਸੀ ਪ੍ਰੋਡਿਊਸਰ ਡਾਇਰੈਕਟਰ ਚਮਨ ਸਾਹਿਬ ਕੋਲੋਂ ਮਿਸਟਰ ਚਮੰਦਰ ਨਾਲ ਸੁਣਦੀ ਹੈ ਚੰਚਲ ਇੱਕ ਵਾਰੀ ਚੰਬੇ ਦੀ ਕਲੀ ਵਾਂਗ ਖੜ ਗਈ ਤੇ ਮਾਨੀ ਮਾਨੋ ਮਿਸਟਰ ਖੁੱਲਰ ਦਾ ਸ਼ੁਕਰੀਆ ਅਦਾ ਕਰਨ ਲੱਗੀ ਖੁੱਲਰ ਸਾਹਿਬ ਤੁਸੀਂ ਇੱਕ ਵਾਰ ਮੈਨੂੰ ਮਿਸਟਰ ਚਮੰਦਰ ਨਾਲ ਇੰਟਰੋਡਿਊਸ ਕਰਵਾ ਦਿਓ ਫਿਰ ਮੈਂ ਜਾਣਾ ਮੇਰਾ ਕੰਮ ਮੈਨੂੰ ਪੱਕਾ ਯਕੀਨ ਹੈ ਉਹ ਮੇਰੀ ਫਿਗਰ ਨੂੰ ਦੇਖਦੇ ਆਂ ਮੈਨੂੰ ਫਿਲਮ ਚ ਮੁੱਖ ਪਾਤਰ ਦਾ ਰੋਲ ਦੇ ਦੇਣਗੇ ਬਸ ਫਿਰ ਹਰ ਥਾਂ ਲੋਕਾਂ ਦੀ ਭੀੜ ਤੇਰੇ ਦੁਆਲੇ ਲੱਗੀ ਰਹੇਗੀ ਜਿੱਥੋਂ ਲੋਕੀ ਹੱਥੇ ਲਾ ਆ ਤੇਰਾ ਸਵਾਗਤ ਕਰਿਆ ਕਰਨਗੇ ਕਈ ਸਰ ਫਰੇਤੇ ਤੇਰੇ ਤੇ ਨੋਟਾਂ ਦੀ ਵਰਖਾ ਵੀ ਕਰਨਗੇ ਫਿਰ ਮੇਰੀ ਚੰਚਲ ਹਰ ਜਵਾਨ ਦਿਲ ਦੀ ਧੜਕਣ ਬਣ ਜਾਏਗੀ ਤੇ ਅਸੀਂ ਤੇਰੇ ਬੂਹੇ ਅੱਗੇ ਖੜੇ ਪੈਰੇ ਦਿਆ ਕਰਾਂਗੇ ਹੈਨਾ ਮਿਸਟਰ ਖੁੱਲਰ ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਜਵਨ ਚੰਚਲ ਦੇ ਮਨ 'ਚ ਭਾਵਨਾਵਾਂ ਦਾ ਦਰਿਆ ਛਾਲਾ ਮਾਰਨ ਲੱਗ ਪਿਆ ਇਹਨਾਂ ਭਾਵਾਂ 'ਚ ਵੈਨਦੀ ਚੰਚਲ ਨੇ ਅੱਗੇ ਵੱਧ ਕੇ ਮਿਸਟਰ ਖੁੱਲਰ ਦੇ ਪੋਲੇ ਜੇ ਢਿੱਡ ਦੁਆਲੇ ਆਪਣੀਆਂ ਦੋਵੇਂ ਬਾਹਾਂ ਬੁਲਾ ਦਿੱਤੀਆਂ ਇਸ ਭਾਵਨਾਤਮਕ ਛੋਹ ਨਾਲ ਮਿਸਟਰ ਖੁੱਲਰ ਨੂੰ ਲੱਗਿਆ ਜਿਵੇਂ ਕਿਸੇ ਜਰਾਂ ਦੀ ਸੈਕ ਨੂੰ ਉਹਨੇ ਆਪਣੇ ਕਲਾਵਿਆਂ ਚ ਭਰ ਲਿਆ ਹੋਵੇ ਫਿਰ ਇੱਕ ਹੱਥ ਨਾਲ ਸਕੂਟਰ ਨੂੰ ਸੰਭਾਲਦਿਆਂ ਉਹਨੇ ਖੱਬੇ ਹੱਥ ਦੀਆਂ ਆਪਣੀਆਂ ਮੋਟੀਆਂ-ਮੋਟੀਆਂ ਉਂਗਲਾਂ ਨਾਲ ਪਿੱਛੇ ਬੈਠੀ ਚੰਚਲ ਦੀਆਂ ਗੱਲਾਂ ਨੂੰ ਪਲੋਸਿਆ ਪਲ ਦੀ ਪਲ ਉਹਦੇ ਸਾਰੇ ਸਰੀਰ 'ਚ ਇੱਕ ਸਰੂਰ ਜਿਹਾ ਭਰ ਗਿਆ ਆਪਣੀ ਤੇਜ਼ ਰਫ਼ਤਾਰ ਨੂੰ ਹੌਲੀ ਕਰਦਾ ਉਹਦਾ ਸਕੂਟਰ ਹੁਣ ਸ਼ਾਲੀ ਮਾਰਲੇਨ ਦੀ ਬਿਲਡਿੰਗ ਨੂੰ ਬਿਲਡਿੰਗ ਨੰਬਰ 3 ਅੱਗੇ ਜਾ ਰੁਕਿਆ ਚੰਚਲ ਨੇ 13 ਮੰਜ਼ਲਾਂ ਦੀ ਲੰਮੀ ਚੌੜੀ ਬਿਲਡਿੰਗ ਨੂੰ ਉੱਪਰ ਤੱਕ ਨਜ਼ਰ ਪਰ ਤੱਕਿਆ ਫਿਰ ਛੱਟ ਦੋਵੇਂ ਮੇਨ ਗੇਟ ਲੰਘ ਕੇ ਸਾਹਮਣੇ ਲੱਗੀ ਲਿਫਟ ਵੱਲ ਵਧ ਗਈ ਪਰ ਲਿਫਟ ਅਚਾਨਕ ਬਿਜਲੀ ਦੇ ਚਲੇ ਜਾਣ ਕਾਰਨ ਬੰਦ ਹੋ ਗਈ ਸੀ ਤੇ ਬਾਹਰ ਦੀਵਾਰ ਨਾਲ ਲੱਗੀ ਟਿਊਬ ਵੀ ਬੁੱਝ ਗਈ ਚੰਚਲ ਦਾ ਚਿਹਰਾ ਫਿੱਕਾ ਜਾ ਪੈ ਗਿਆ ਪਰ ਮਿਸਟਰ ਖੁੱਲਰ ਨੇ ਚੰਚਲ ਨੂੰ ਜੀਣੇ ਵਾਲੇ ਇਸ਼ਾਰਾ ਕਰ ਦਿਆਂ ਉੱਪਰ ਜਾਣਾ ਸ਼ੁਰੂ ਕਰ ਦਿੱਤਾ ਅੱਗੇ ਅੱਗੇ ਮਿਸਟਰ ਖੁੱਲਰ ਪਿੱਛੇ ਪਿੱਛੇ ਚੰਚਲ ਦੋ ਤਿੰਨ ਮੰਜ਼ਲਾਂ ਬੜੀ ਆਸਾਨੀ ਨਾਲ ਚੜ ਗਈ ਚੌਥੀ ਮੰਜ਼ਲ ਦੀਆਂ ਸੱਤ ਅੱਠ ਪੌੜੀਆਂ ਚੜਨ ਪਰਚੋਂ ਚੰਚਲ ਕੁਝ ਔਖੇ ਔਖੇ ਸਾਹ ਲੈਣ ਲੱਗੀ ਮਿਸਟਰ ਖੁੱਲਰ ਨੇ ਆਪਣੇ ਹੱਥਾਂ ਸਾਰਾ ਸਹਾਰਾ ਦੇਣ ਲਈ ਆਪਣੀ ਬਾਹੋਂ ਸੋਲ ਵਧਾ ਦਿੱਤੀ ਫੇਰ ਵੀ ਸੱਤਵੀਂ ਮੰਜ਼ਲ ਤੱਕ ਪਹੁੰਚਦਿਆਂ ਉਹ ਹਫਨ ਲੱਗ ਪਈ ਸੀ ਪਰ ਉਹਦੇ ਹੱਥ ਦੀ ਛੋਹ ਨਾਲ ਮਿਸਟਰ ਖੁੱਲਰ ਨੂੰ ਜਿਵੇਂ ਕੋਈ ਹੌਸਲਾ ਹੁੰਦਾ ਜਾ ਰਿਹਾ ਸੀ ਅਗਲੀ ਮੰਜ਼ਲ ਚੜਨ ਤੋਂ ਪਹਿਲਾਂ ਚੰਚਲ ਨੂੰ ਜ਼ਿਨੇ ਚੋਂ ਬਾਹਰ ਨਿਕਲਦੇ ਆਂ ਲਿਫਟ ਦੇ ਬੂਏ ਵੱਲ ਝਾਤੀ ਮਾਰੀ ਪਰ ਉਹ ਤਾਂ ਆਪਣਾ ਲੋਹੇ ਦੀਆਂ ਜੰਜੀਰਾਂ ਦਾ ਜਾਲ ਜਿਹਾ ਨੂੰ ਸਿੱਟੀ ਜਿਵੇਂ ਅਜੇ ਵੀ ਜਿਉਂਦੀ ਤਿਉਂ ਉੱਥੇ ਹੀ ਖੜੀ ਸੀ ਦੋਹਾਂ ਨੇ ਇੱਕ ਦੂਜੇ ਦੇ ਚਿਹਰਿਆਂ ਵੱਲ ਇੱਕੋ ਵਾਰੀ ਤੱਕਿਆ ਤੇ ਫਿਰ ਆਪਣੇ ਆਪਣੇ ਕਦਮ ਅਗਲੀ ਮੰਜ਼ਲ ਵੱਲ ਵਧਾ ਦਿੱਤੇ ਉਪਰੋਂ ਦੋ ਹੁਸੈਨ ਜਈਆਂ ਕੁੜੀਆਂ ਉਤਰਦੀਆਂ ਰਸਤੇ 'ਚ ਉਹਨਾਂ ਨੂੰ ਮਿਲੀਆਂ ਕੋਲ ਆਉਂਦੀਆਂ ਹੀ ਚਾਰਾਂ ਦੀਆਂ ਨਿਗਾਹ ਇੱਕੋ ਵਾਰੀ ਇੱਕ ਦੂਜੇ ਵੱਲ ਓਂ ਉੱਠੀਆਂ ਜਿਵੇਂ ਇੱਕ ਦੂਜੇ ਤੋਂ ਕੁਝ ਪੁੱਛ-ਗਿਛ ਰਹੀਆਂ ਹੋਣ ਮਿਸਟਰ ਖੁੱਲਰ ਨੇ ਹੁਣ ਚੰਚਲ ਦਾ ਹੱਥ ਘੁੱਟ ਕੇ ਚੰਗੀ ਤਰ੍ਹਾਂ ਫੜ ਰੱਖਿਆ ਸੀ ਤੇ ਉਹਨੂੰ ਮੰਜ਼ਿਲ ਦਰ ਮੰਜ਼ਿਲ ਅੱਗੇ ਤੋਰ ਰਿਹਾ ਸੀ। ਅਗਲੀ ਮੰਜ਼ਿਲ ਦਾ ਮੋੜ ਮੁੜਦੇ ਅੰਸਾਰ ਹਨੇਰੇ ਦਾ ਸਹਾਰਾ ਲੈਨੇ ਆ ਉਹਨੇ ਇੱਕੋ ਵਾਰੀ ਸਾਰੀ ਦੀ ਸਾਰੀ ਚੰਚਲ ਨੂੰ ਆਪਣੀਆਂ ਕਠੋਰ ਬਾਹਾਂ 'ਚ ਘੁੱਟ ਲਿਆ। ਫਿਰ ਝੱਟ ਆਪਣੇ ਮੋਟੇ-ਮੋਟੇ ਹੋਠਾਂ ਨਾਲ ਚੰਚਲ ਦੇ ਫੁੱਲ ਪੱਤੀਆਂ ਵਰਗੇ ਕਲੇਜੀ ਕਲਰ ਦੀ ਲਿਪਸਟਿਕ ਨਾਲ ਰੰਗੇ ਦੋਵੇਂ ਹੋਠ ਨੱਪੇੜੁੱਟੇ। ਪਰ ਝੱਟ ਉੱਪਰੋਂ ਕਿਸੇ ਦੇ ਪੈਰਾਂ ਦੀ ਕੋਲ ਆਉਂਦੀ ਵਿੜਕ ਨੇ ਚੰਚਲ ਨੂੰ ਇਸ ਮੁਸੀਬਤ ਤੋਂ ਛੁਟ ਇਹ ਛੁਟਕਾਰਾ ਦਵਾ ਦਿੱਤਾ। ਉਤਰਨ ਵਾਲਾ ਆਦਮੀ ਤੁਹਾਨੂੰ ਘੁਰਦਾ ਕੋਲੋਂ ਦੇ ਲੰਗ ਗਿਆ। ਪਿੱਛੇ ਮਿਸਟਰ ਖੁੱਲਰ ਨੇ ਚੰਚਲ ਨੂੰ ਬੜੀਆਂ ਹਿਰਸੀਆਂ ਜੀਆਂ ਨਿਗਾਹਾਂ ਨਾਲ ਤੱਕਿਆ। ਚੰਚਲ ਦਾ ਸਾਰੇ ਦਾ ਸਾਰਾ ਮੂੰਹ ਜਿਵੇਂ ਕਿਸੇ ਸੱਪ ਉਗਲੀ ਵਿਸ਼ ਨਾਲ ਭਰ ਗਿਆ ਹੋ। ਉਹਨੇ ਉੱਤੇ ਹੀ ਇੱਕ ਪਾਸੇ ਇਸ ਵਿਸ਼ ਨੂੰ ਥੁੱਕਣਾ ਚਾਹਿਆ ਪਰ ਉਹ ਥੁੱਕ ਨਾ ਸਕੇ ਕਿਉਂਕਿ ਮਿਸਟਰ ਖੁੱਲਰ ਅਜੇ ਵੀ ਉਸੇ ਵੱਲ ਵੇਖ ਰਿਹਾ ਸੀ। ਅਗਲੀ ਮੰਜ਼ਿਲ ਚੜੰਤੋਂ ਪਹਿਲਾਂ ਉਹਨੇ ਫੇਰ ਇੱਕ ਵਾਰੀ ਜੀ ਨੇ ਤੋਂ ਬਾਹਰ ਆ ਕੇ ਲਿਫਟ ਦੇ ਬੂਹੇ ਵੱਲ ਛਾਤੀ ਮਾਰੀ ਹੁਣ ਲਿਫਟ ਚੱਲ ਰਹੀ ਸੀ ਪਰ ਚੰਚਲ ਦਾ ਮੂਡ ਵਿਗੜ ਗਿਆ ਸੀ ਹੇਠੋਂ ਉੱਤੇ ਆਉਂਦੀ ਲਿਫਟ ਦੀ ਉਡੀਕ ਕਰਦਿਆਂ ਦੋਹਾਂ ਨੇ ਇੱਕ ਦੂਜੇ ਦੇ ਚਿਹਰਿਆਂ ਉੱਤੇ ਕੁਝ ਉਪਰੇ ਜਿਹੇ ਪ੍ਰਭਾਵ ਦੇਖੇ ਇਨੇ ਚ ਲਿਫਟ ਸਾਹਮਣੇ ਆ ਰੁਕ ਆ ਚੁੱਕੀ ਸੀ ਅੰਦਰ ਲੰਗਨ ਪਿੱਛੋਂ ਵੀ ਮਿਸਟਰ ਖੁੱਲਰ ਦੀਆਂ ਚੋਰ ਨਜ਼ਰਾਂ ਸਾਹਮਣੇ ਲੱਗੇ ਸ਼ੀਸ਼ੇ 'ਚੋਂ ਚੰਚਲ ਦੇ ਚਿਹਰੇ ਉਤਲੇ ਉਤਾਰ ਚੜਾ ਦੇਖ ਰਹੀਆਂ ਸੀ ਤੇਰਵੀਂ ਮੰਜ਼ਲ ਤੇ ਪਹੁੰਚਦਿਆਂ ਚੰਚਲ ਨੇ ਸਾਹਮਣੇ ਸੁਨਹਿਰੀ ਅੱਖਰਾਂ 'ਚ ਮਿਸਟਰ ਚਮਨ ਦੇ ਨਾਂ ਦੀ ਨੇਮ ਪਲੇਟ ਨੂੰ ਦੇਖਿਆ ਫਿਰ ਮਿਸਟਰ ਖੁੱਲਰ ਨੇ ਦਰਵਾਜ਼ੇ ਤੇ ਲੱਗੀ ਕਾਲ ਬੈਲ ਨੂੰ ਦਬਾਇਆ ਦੋਵੇਂ ਜਣੇ ਛੇਤੀ ਨਾਲ ਆਪਣੇ ਆਪ ਨੂੰ ਸਵਾਰਨ ਲੱਗ ਪਏ ਖੁੱਲਰ ਨੇ ਆਪਣਾ ਰੁਮਾਲ ਜੇਬ 'ਚੋਂ ਕੱਢਦੇ ਆਪਣੇ ਬੁੱਲਾਂ ਨੂੰ ਸਾਫ਼ ਕੀਤਾ ਤੇ ਚੰਚਲ ਨੇ ਆਪਣੇ ਕਾਲੇ ਸਿਆਹ ਵਾਲਾਂ ਦੇ ਇੱਕ ਲਿੱਟ ਨੂੰ ਸਵਾਰਦਿਆਂ ਵਾਲਾਂ 'ਚੋਂ ਹੇਅਰ ਪੈਨ ਨੂੰ ਬਾਹਰ ਕੱਢਿਆ ਫਿਰ ਕੁਝ ਬਾਹਰ ਨੂੰ ਲਟਕੇ ਹੋਏ ਵਾਲਾਂ ਨੂੰ ਅੰਦਰ ਕਰਦਿਆਂ ਦੁਬਾਰਾ ਪੈਨ ਨੂੰ ਵਾਲਾਂ ਦੇ ਅੰਦਰ ਹੀ ਕਰ ਦਿੱਤਾ ਯੈਸ ਟੂ ਹੂ ਡੂ ਯੂ ਵਾਂਟ ਟੂ ਮੀਟ ਪਲੀਜ਼ ਅੰਦਰੋਂ ਵੀ ਕੁੜੀਆਂ ਦੀ ਪਰ ਜਵਾਨ ਅੰਬ੍ਰੇਲਾ ਕਟ ਫਰੌਗ ਪੈਨਿਕ ਲੜਕੀ ਨੇ ਦਰਵਾਜ਼ੇ ਤੱਕ ਆਉਂਦਿਆਂ ਪੁੱਛਿਆ ਸ਼ਾਇਦ ਇਹ ਚਮਨ ਸਾਹਿਬ ਦੀ ਸੈਕਟਰੀ ਹੋਵੇ ਉਹਦੇ ਹੱਥਾਂ 'ਚ ਇੱਕ ਛੋਟੀ ਜਿਹੀ ਚਿੱਟ ਤੇ ਪੈਨ ਵੀ ਪਕੜਿਆ ਸੀ ਆਈ ਵਾਂਟ ਟੂ ਮੀਟ ਮਿਸਟਰ ਚਮਨ ਪਲੀਜ਼ ਓ ਯੂ ਆ ਮਿਸਟਰ ਕੁਲਰ ਯੈਸ ਮੈਮ ਮਿਸਟਰ ਚਮਨ ਲੈਫਟ a message for you he film meet you in his studio till late night thank you ma'am kenda mr khullar wapas lift 12 mudpya ode piche piche chanchal vi lift de darwaze agge aa khadi hui par chaman sahab de naam milan karan chanchal de mann di hat dali utte jive iko bari pat chhad chha gaye ਨਿਰਾਸ਼ਾ ਨੇ ਉਹਦੀਆਂ ਅੱਖਾਂ ਵਿੱਚਲੀ ਆਸ਼ਾ ਦੀ ਚਮਕ ਨੂੰ ਜਿਵੇਂ ਮੱਧਮ ਕਰ ਦਿੱਤਾ ਸੀ ਕੀ ਹੋਇਆ ਮੇਰੀ ਜਾਨ ਘਰ ਨਹੀਂ ਮਿਲੇ ਤਾਂ ਸਟੂਡੀਓ ਚਲੇ ਚੱਲਦੇ ਆ ਉੱਥੇ ਮਿਲ ਜਾਣਗੇ ਇਹ ਕਹਿੰਦੇ ਆ ਔਨ ਇਸ ਸਕੂਟਰ ਨੂੰ ਜ਼ੋਰ ਨਾਲ ਕਿੱਕ ਮਾਰਦੇ ਆ ਚੰਚਲ ਨੂੰ ਪਿੱਛੇ ਬੈਠਣ ਲਈ ਇਸ਼ਾਰਾ ਕੀਤਾ ਪਹਿਲਾਂ ਜ਼ਰਾ ਹੋਟਲ ਚੱਲਦੇ ਆ ਉੱਥੇ ਕਾਫੀ ਦਾ ਇੱਕ ਇੱਕ ਪਿਆਲਾ ਪੀ ਕੇ ਚੱਲਾਂਗੇ ਤੇਰਾ ਮੂਡ ਵੀ ਠੀਕ ਹੋ ਜਾਏਗਾ ਨਾਲੇ ਤੂੰ ਕੋਈ ਦੂਜੀ ਡਰੈੱਸ ਵੀ ਬਦਲ ਲਈ ਇਹ ਕੱਪੜੇ ਉਂਝੀ ਸਵੇਰ ਦੇ ਪਾਏ ਹੋਏ ਆ ਪਹਿਲੀ ਵਾਰ ਤੇ ਚਮਨ ਸਾਹਿਬ ਨੂੰ ਮਿਲਣਾ ਜ਼ਰਾ ਚੁਸਤ ਕਪੜਿਆਂ 'ਚ ਚੱਲੇ। ਚੰਚਲ ਦਾ ਕੋਈ ਉਤਰੂ ਡਿੱਕੇ ਬਿਨਾਂ ਸਕੂਟਰ ਦੀ ਸਪੀਡ ਨੂੰ ਹਵਾ ਨਾਲ ਮਿਲਾਉਂਦੇ ਆਂ ਝਟ ਮਿਸਟਰ ਖੁੱਲਰ ਨੇ ਸਕੂਟਰ ਉਹਦੇ ਹੌਟਲ ਅੱਗੇ ਆ ਖੜਾ ਕੀਤਾ। ਕਮਰੇ ਦਾ ਤਾਲਾ ਖੋਲਦਿਆਂ ਚੰਚਲ ਨੂੰ ਇੱਕ ਵਾਰ ਮਿਸਟਰ ਖੁੱਲਰ ਨੇ ਸਿਰ ਤੋਂ ਪੈਰਾਂ ਤੱਕ ਗੋਹ ਨਾਲ ਵੇਖਿਆ। ਫਿਰ ਅੰਦਰ ਲੰਘਦਿਆਂ ਉਹਨੇ ਚੰਚਲ ਦੀ ਅੱਧ ਖੁੱਲੀ ਪਈ ਅਲਮਾਰੀ 'ਚੋਂ ਨਾਈਲਨ ਦੀ ਬਰੀਕ ਜੀ ਹਲਕੇ ਗੁਲਾਬੀ ਰੰਗ ਦੀ ਇੱਕ ਨਾਈਟੀ ਨੂੰ ਹੈਂਗਰ 'ਚੋਂ ਉਤਾਰ ਕੇ ਚੰਚਲ ਵੱਲ ਕਰਦੇ ਆਂ ਕਿ ਐ ਲੋ ਡਾਰਲਿੰਗ ਥੋੜੇ ਚਿਰ ਲਈ ਪਹਿਲਾਂ ਇਹਨੂੰ ਪਹਿਨ ਲਓ ਫਿਰ ਚੱਲਾਂਗੇ ਮਿਸਟਰ ਖੁੱਲਰਵਾਲ ਦੇਖਦੇ ਆਂ ਚੰਚਲ ਨੂੰ ਲੱਗਿਆ ਜਿਵੇਂ ਉਹਦੇ ਪੈਰ ਕਿਸੇ ਐਸੀ ਥਾਂ ਤੇ ਆ ਗਏ ਹੋਣ ਜਿੱਥੋਂ ਜ਼ਮੀਨ ਹੇਠਾਂ ਹੀ ਹੇਠਾਂ ਕਿਸੇ ਅੰਨੇ ਖੂਚ ਨਿਗਰਦੇ ਜਾ ਰਹੀ ਹੈ ਤੇ ਚੰਚਲ ਦੀਆਂ ਨਜ਼ਰਾਂ ਜਿਵੇਂ ਕਿਸੇ ਮਜਬੂਰੀ ਜਈ ਉਲਝੀ ਮਿਸਟਰ ਖੁੱਲਰਵਾਲ ਕੁਰ ਰਹੀਆਂ ਸਨ ਧੰਨਵਾਦ ਸਮਾਪਤ